ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਵਿੱਚ ਤਾਇਨਾਤ ਭੁਪਿੰਦਰ ਸਿੰਘ ਨਾਮਕ ਇੰਸਪੈਕਟਰ ਨੇ ਭੇਦ ਭਰੇ ਹਾਲਾਤਾਂ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਫਿਲਹਾਲ ਹੁਣ ਤੱਕ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਅਫਸਰਾਂ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਸਵੇਰੇ ਆਫਿਸ ਜਾਣ ਨੂੰ ਤਿਆਰ ਹੋ ਰਿਹਾ ਸੀ, ਅਚਾਨਕ ਸਰਵਿਸ ਰਿਵਾਲਵਰ ਨੂੰ ਸਾਫ਼ ਕਰਦੇ ਵੇਲੇ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ ਹੈ। ਇਹ ਲੜਕਾ ਭੁਪਿੰਦਰ ਹੈ ਸਾਡਾ, ਇਹ ਬੜਾ ਪ੍ਰੋਫੈਸ਼ਨਲੀ ਕੰਪੀਟੈਂਟ ਬੜਾ ਇੰਟੈਲੀਜੈਂਟ ਅਫਸਰ ਸੀਗਾ। ਇਹਦੇ 'ਚ ਇਹਦੀ ਬੈਕ ਪ੍ਰੋਬਲਮ ਦੀ ਪ੍ਰੋਬਲਮ ਚੱਲ ਰਹੀ ਸੀ ਅਤੇ ਪ੍ਰੋਬਲੀ ਅੱਜ ਕੋਈ ਵੈਪਨ ਜਦੋਂ ਕਹਿੰਦੇ ਸਾਫ਼ ਕਰਨ ਲੱਗਿਆ ਜਾਂ ਐਕਸੀਡੈਂਟ ਤੋਂ ਫਾਇਰ ਹੋ ਗਿਆ। ਲੁਧਿਆਣਾ ਤੋਂ ਜਸਵੀਰ ਜੱਸੀ, ਖਬਰ ਹਰਪਲ, ਇੰਡੀਆ ਲਈ।